ਤੇ ਇੱਥੇ ਬੜੇ ਬਿਲਕੁਲ ਸ਼ਾਂਤੀਪੂਰਵਕ ਜੀ ਸਾਰਾ ਮੋਰਚਾ ਕੱਢ ਰਹੇ ਸੀ, ਕੋਈ ਇੱਥੇ ਦੰਗਾ ਫਸਾਦ ਨਹੀਂ ਹੈਗਾ ਸੀ, ਲੇਕਿਨ ਉਹਦੇ ਬਾਵਜੂਦ ਵੀ ਮੈਂ ਤੁਹਾਨੂੰ ਕੁਝ ਚੀਜ਼ਾਂ ਵਿਖਾਉਣਾ ਚਾਹੁੰਦਾ ਇੱਥੇ। ਇਹ ਵੇਖੋ, ਇਹ ਦੇਖੋ ਜੀ, ਇਹ ਟਾਇਰਾਂ ਦਾ ਹਾਲ ਦੇਖੋ ਜੀ, ਟਰੈਕਟਰ ਸਾਰੇ ਖੜੇ ਇੱਥੇ। ਇਹ ਦੇਖੋ ਜੀ, ਇਹ ਸਾਰੇ ਟਰੈਕਟਰ ਦੇਖੋ ਜੀ, ਹਵਾ ਕੱਢੀਆਂ ਹੋਈਆਂ, ਇੰਜਨ ਦੇ ਪਾਰਟ ਕੱਢ ਲਏ ਆ, ਡੀਜ਼ਲ ਕੱਢ ਲਿਆ। ਇਹ ਦੇਖੋ ਭੰਨ, ਦੇਖੋ ਦੇਖੋ, ਇਹ ਦੇਖੋ ਜੀ, ਇਹ ਕਿਹਦੇ ਕੰਮ ਹੈ ਜੀ? ਇਹ ਕਿਸਾਨਾਂ ਨੇ ਤਾਂ ਨਹੀਂ ਕੀਤਾ ਨਾ, ਇਹ ਦਿੱਲੀ ਪੁਲਿਸ ਦੇ ਕੰਮ ਹੈ ਜੀ। ਇਹ ਗੱਲ ਨੂੰ ਸਮਝਣਾ, ਇਹ ਕੋਈ ਨਿਊਜ਼ ਚੈਨਲ 'ਤੇ ਨਹੀਂ ਆ ਰਿਹਾ ਜੀ, ਇਹ ਸਿਰਫ ਇੱਥੇ ਦਿਖਾ ਰਿਹਾ, ਦੱਸ ਰਿਹਾ ਮੈਂ ਤੁਹਾਨੂੰ। ਇਹ ਵੇਖੋ, ਇਹ ਗੱਡੀਆਂ ਦੇਖ ਰਹੇ ਹੋ ਸਰ? ਇਹ ਵੇਖੋ, ਬੁਰਾ ਹਾਲ। ਹੁਣ ਜੋ ਨਿਊਜ਼ ਚੈਨਲ ਦੇਖ ਰਿਹਾ ਉਹ ਪਲੀਜ਼ ਇਹ ਵਾਲੀ ਵੀਡੀਓ ਨੂੰ ਵੀ ਜ਼ਰੂਰ ਦੇਖਣ, ਕਿਉਂਕਿ ਨਿਊਜ਼ 'ਤੇ ਜੋ ਦਿਖਾਇਆ ਜਾ ਰਿਹਾ ਉਹ ਅਲੱਗ ਪੈਟਰਨ ਹੈ, ਪਰ ਇਹ ਪੁਲਿਸ ਦੇ ਵੀ ਕਾਰਨਾਮੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ। ਇਹ ਦੇਖ ਲਓ, ਇਹ ਕਿਸ ਵਾਸਤੇ ਕੀਤਾ ਗਿਆ, ਇਹ ਬਜ਼ੁਰਗਾਂ ਨੂੰ ਦੇਖੋ ਪਰੇਸ਼ਾਨ ਕੀਤਾ ਹੋਇਆ ਦੇਖੋ, ਔਰ ਇੱਥੇ ਕੋਈ ਦੰਗਾ ਫਸਾਦ ਨਹੀਂ ਹੋਇਆ ਜੀ, ਇਹ ਸਿਰਫ ਪੁਲਿਸ ਵਾਲਿਆਂ ਨੇ ਕੰਮ ਕੀਤਾ ਹੋਇਆ।